ਤਤਨਾ ਵਾਹਿਗੁਰੂ ਸਾਹਿਬ ਜੀ ਜਬ ਹਮ ਹੋਤੇ ਤਬ ਤੂੰ ਨਹੀਂ अब तू ही मैं नाही अनल अगम जसे लहर मयो धध दो जल केवल जल माही माधवे ਕਾ ਕਹੀਐ ਪਰਮ ਐਸਾ ਜਸਾ ਮਾਨੀਐ ਹੋਏ ਨਾ ਤੈਸਾ ਪਰਮ ਸਨਮਾਨ ਜੋ ਸਤਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ। ਹਜ਼ੂਰ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ। ਸਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਨੂੰ ਮਾਨਦਿਆਂ ਹੋਇਆਂ ਜੀਵਨ ਨੂੰ ਸਫਲੀਆਂ ਕਰਨ ਦਾ ਯਤਨ ਕੀਤਾ ਹੈ ਆਓ। ਸਤਿਗੁਰੂ ਜੀ ਦੀ ਕਿਰਪਾਲਤਾ ਔਰ ਆਪ ਸੰਗਤ ਦੀ ਅਸੀਸ ਦੇ ਸਦਕਾ ਰੋਜ਼ਾਨਾ ਹੀ ਸਤਕਾਰਯੋਗ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਤਿਨਾਂ ਵੱਲੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਤਿਸ ਦੀ ਵਿਚਾਰ ਧਾਰਾ ਨਾਲ ਜੁੜਨ ਦਾ ਯਤਨ ਕਰਦੇ ਹਾਂ ਪਾਵਨ ਬਚਨਾਂ ਦੀ ਵਿਚਾਰ ਤੋਂ ਪਹਿਲਾਂ ਸਮੂਹ ਸੰਗਤ ਅਸੀਸ ਦੀ ਦਾਤ ਬਖਸ਼ਿਸ਼ ਕਰੋ ਦੋਨੋਂ ਹੱਥ ਜੋੜ ਲਵਾਓ ਹਾਜ਼ਰੀ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅੱਜ ਦਾ ਇਹ ਪਾਵਨ ਬਚਨ ਤਨਾਸਰੀ ਰਾਗ ਦੇ ਅੰਦਰ 693 ਅੰਗ ਦੇ ਉੱਤੇ ਸ਼ਿਸ਼ੋਭਤ ਹੈ ਭਗਤ 바ਵਾ ਨਾਮਦੇਵ ਮਹਾਰਾਜ ਕਿਰਪਾ ਕਰਦੇ ਨੇ 10 ਬੈਰਾਗਨ ਮੋਹਿ ਬਸ ਕੀਨੀ ਪੰਚੋਂ ਕਾ ਮਿਟ ਨਾਮੋ 70 ਦੋਏ ਭਰੇ ਅੰਮ੍ਰਿਤ ਸਰ ਬਿਖ ਕਉ ਮਾਰ ਕਢਾਵੋ ਪਾਛੈ ਬੋਹਰ ਨ ਆਮਨ ਪਾਵੋ ਅੰਮ੍ਰਿਤ ਬਾਣੀ ਘਟ ਦੇ ਉਚਰੋ ਆਤਮ ਕਉ ਸਮਝਾਵੋ ਰਖਾਵੋ ਬਜਰ ਕੁਠਾਰ ਮੋਹੇ ਹੈ ਸ਼ੀਨਾ ਕਰ ਮਿੰਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰ ਪਾਵੋ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਵੋ ਮਾਇਆ ਨਾਮ ਗਰਭ ਜੋਨ ਕਾ ਤਿਹ ਤਜ ਦਰਸ਼ਨ ਪਾਵੋ ਇਤ ਕਰ ਭਗਤ ਕਰਹਿ ਜੋ ਜਨ ਤਿੰਨ ਭਾਉ ਸਗਲ ਚੁਕਾਈਐ ਕਹਿਤ ਨਾਮ ਦਿਓ ਬਾਹਰ ਕਿਆ ਭਰਮ ਹੋ ਇਹ ਸੰਜਮ ਹਰ ਪਾਈਐ ਅੰਮ੍ਰਿਤ ਮਈ ਪਾਵਨ ਬਚਨ ਭਗਤ ਬਾਬਾ ਨਾਮਦੇਵ ਜੀ ਮਹਾਰਾਜ ਸਮੁੱਚੇ ਇਸ ਸ਼ਬਦ ਦੇ ਅੰਦਰ ਸਾਡੇ ਜ਼ਿੰਦਗੀ ਦੀ ਉਸ ਕਹਾਣੀ ਨੂੰ ਬਿਆਨ ਕਰਦੇ ਨੇ ਜਿਸ ਕਹਾਣੀ ਨੂੰ ਰੱਬੀ ਬਾਣੀ ਨੇ ਕਿਤੇ ਤੇ ਮਲ ਅਖਾੜਾ ਆਖਿਆ ਕਿਤੇ ਧੂਏ ਦਾ ਪਹਾੜ ਆਖਿਆ ਕਿਤੇ ਇਸ ਜ਼ਿੰਦਗੀ ਦੀ ਬਾਜ਼ੀ ਨੂੰ ਉਹ ਖੇਡ ਆਖਿਆ ਕਿ ਜਿਹਦੇ ਵਿੱਚ ਪੂਰਾ ਦੇ ਪੂਰ ਡੁੱਬਦੇ ਨਜ਼ਰ ਆਉਂਦੇ ਨੇ ਕੋਈ ਵਿਰਲਾ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਹੈ ਜਿਹੜਾ ਇਸ ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤਦਾ ਹੈ ਨਹੀਂ ਤੇ ਮਹਾਰਾਜ ਕਹਿੰਦੇ ਨੇ ਅੱਜ ਤੱਕ ਜਦੋਂ ਦਾ ਵੇਖ ਰਿਆ ਹਾਂ ਇਹਦੇ ਵਿੱਚ ਮੈਨੂੰ ਬਹੁਤ ਕੁਝ ਡੁੱਬਦੇ ਨਜ਼ਰ ਆਇਆ ਦੋਵਾਂ ਪੱਖਾਂ ਨੂੰ ਇਸ ਸ਼ਬਦ ਵਿੱਚੋਂ ਸਮਝਣ ਦਾ ਯਤਨ ਕਰਿਓ ਪਹਿਲਾਂ ਇੱਕ ਉਦਾਹਰਨ ਸਾਂਝੀ ਕਰਨੀ ਚਾਹਨਾ ਹਾਂ ਪਿਆਰਿਓ ਪਰਮਾਤਮਾ ਦਾ ਮਿਲਾਪ ਸਾਡੇ ਜੀਵਨ ਦਾ ਮੁੱਖ ਸਾਧਨ ਹੈ ਸਾਡੇ ਜੀਵਨ ਦਾ ਮੁੱਖ ਕਰਮ ਜਿਹੜਾ ਹੈ ਜੀਂਦੇ ਜੀ ਪਰਮਾਤਮਾ ਦੇ ਚਰਨਾਂ ਦੇ ਨਾਲ ਮਿਲ ਜਾਈਏ ਰੋਜ਼ਾਨਾ ਇਸ ਬਚਨ ਨੂੰ ਪੜ੍ਹਦੇ ਹੋ ਭਈ ਪ੍ਰਾਪਤ ਮਾਨੁਕ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਵਾਰੀ ਹੈ ਇਹ ਮੌਕਾ ਮਿਲਿਆ ਅਜੇ ਪ੍ਰਾਪਤੀ ਕੋਈ ਨਹੀਂ ਇਹ ਸਮਾਂ ਮਿਲਿਆ ਤੇ ਭਗਤ ਬਾਬਾ ਕਬੀਰ ਮਹਾਰਾਜ ਬੜਾ ਪਿਆਰਾ ਬਚਨ ਕਰਦੇ ਨੇ ਉਹ ਕਹਿੰਦੇ ਨੇ ਜਬ ਲਗ ਜ਼ਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਤਾਇਆ ਜਬ ਲਗ ਬਿਕੁਲ ਭਈ ਨਹੀਂ ਬਾਣੀ ਭਜਲੇ ਰੇ ਮਨ सारंग ਪਾਨੀ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਏ ਜੀਵਨ ਦੀ ਸਾਰੀ ਖੇਡ ਇੱਥੇ ਘੜੋਤੀ ਐ ਵੀ ਜੀਂਦੇ ਜੀ ਜੀਵਨ ਦੇ ਉਹ ਕਰਮ ਬਣ ਜਾਣ ਜਿਹਦੇ ਨਾਲ ਪਰਮਾਤਮਾ ਦੇ ਚਰਨਾਂ ਦਾ ਮਿਲਾਪ ਬਣ ਜਾਏ ਪਰ ਹੁੰਦਾ ਕੀ ਐ ਸਾਰੀ ਜ਼ਿੰਦਗੀ ਇਸ ਸੰਸਾਰ ਦੇ ਉਹਨਾਂ ਝਮੇਲਿਆਂ ਦੇ ਵਿੱਚ ਆਪਣੇ ਜੀਵਨ ਨੂੰ ਗਵਾ ਦਿੰਦਾ ਐ ਜਦੋਂ ਜਾਣ ਦੀ ਵਾਰੀ ਆਉਂਦੀ ਏ ਅੱਖ ਖੁੱਲਦੀ ਏ ਉਦੋਂ ਉਹਨੇ ਉਹਨੇ ਚਿਰ ਨੂੰ ਸਮਾਂ ਜਿਹੜਾ ਉਹ ਬੀਤ ਜਾਂਦਾ ਹੈ ਇਸ ਲਈ ਅੱਜ ਭਗਤ ਬਾਬਾ ਨਾਮ ਦੇ ਮਹਾਰਾਜ ਕਹਿੰਦੇ ਨੇ ਜੀਵਨ ਦੇ ਮੁੱਖ ਕਰਮ ਕੀ ਹੈ ਪੰਜ ਸਾਡੀਆਂ ਗਿਆਨ ਇੰਦਰੀਆਂ ਪਿਆਰਿਓ ਤੇ ਪੰਜ ਸਾਡੇ ਕਰਮ ਇੰਦਰੇ ਗਿਆਨ ਇੰਦਰੀਆਂ ਜਿਨ੍ਹਾਂ ਨਾਲ ਸੰਸਾਰ ਦਾ ਗਿਆਨ ਹੁੰਦਾ ਹੋਵੇ ਅੱਖਾਂ ਰਾਈ ਗਿਆਨ ਹੈ ਤ્વਚਾ ਰਾਈ ਗਿਆਨ ਹੈ ਇੰਦਰੀਆਂ ਰਾਈ ਗਿਆਨ ਹੈ ਜੁਬਾਨ ਰਾਹੀਂ ਗਿਆਨ ਮਿਲਦਾ ਹੈ ਇਤਿਆਦ ਕੇ ਜਿਹੜੇ ਕਰਮ ਨੇ ਗਿਆਨ ਇੰਦਰੀ ਨੇ ਕਰਮ ਇੰਦਰੀ ਉਹਨੇ ਜਿਹੜੇ ਸਾਡੇ ਕਰਮ ਕਰਦੇ ਨੇ ਹੱਥ ਹੈ ਪੈਰ ਹੈ ਕੰਨ ਹੈ ਅੱਖਾਂ ਨੇ ਜ਼ੁਬਾਨ ਨੇ ਇਹ ਕਰਮ ਇੰਦਰੀਆਂ ਚ ਵੀ ਗਿਣੇ ਜਾਂਦੇ ਨੇ ਕੁਝ ਇੰਦਰੀ ਤੇ ਕੁਝ ਗਿਆਨ ਵਿੱਚ ਵੀ ਗਿਣੇ ਜਾਂਦੇ ਆ ਇਹਨਾਂ ਨਾਲ ਪਰਮਾਤਮਾ ਦੇ ਚਰਨਾਂ ਦਾ ਅਸਲ ਵਿੱਚ ਮਿਲਾਪ ਹੋਣਾ ਹੈ ਔਰ ਜੇ ਇਹਨਾਂ ਦੀ ਡਾਇਰੈਕਸ਼ਨ ਸਹੀ ਹੋਵੇ ਇਨਾਂ ਦੀ ਦਿਸ਼ਾ ਵੀ ਸਹੀ ਹੋਵੇ ਤੇ ਇਹਨਾਂ ਦੀ ਦਸ਼ਾ ਵੀ ਸਹੀ ਹੋਵੇ ਫਿਰ ਤੇ ਮੰਜ਼ਲ ਤੇ ਪੜਾਂਗੇ ਜੇ ਦਿਸ਼ਾ ਹੀ ਗਲਤ ਹੋ ਗਈ ਤੇ ਦਸ਼ਾ ਵੀ ਗਲਤ ਹੋ ਗਈ ਪੱਕੀ ਗੱਲ ਐ ਵੀ ਮੰਜ਼ਲ ਤੋਂ ਅਸੀਂ ਖੁੰਝ ਜਾਣਾ ਮੈਂ ਛੋਟੀਆਂ ਜੀਆਂ ਦੋ ਉਦਾਹਰਨਾਂ ਪਹਿਲਾਂ ਦੇਣੀਆਂ ਚਾਹੁੰਨਾ ਅੱਜ ਦੇ ਜ਼ਮਾਨੇ ਦੇ ਵਿੱਚ ਸਾਡੇ ਕੋਲ ਸਾਰਿਆਂ ਕੋਲ ਅਸੀਂ ਮੋਬਾਈਲ ਫੋਨ ਯੂਜ਼ ਕਰਦੇ ਹਾਂ ਹਰ ਮੋਬਾਈਲ ਫੋਨ ਦੀ SIM ਦੇ 10 ਨੰਬਰ ਹੈ ਔਰ ਜਿਸ ਨੂੰ ਵੀ ਅਸੀਂ ਨੰਬਰ ਮਲਾਉਨੇ ਆ ਉਹਦੇ 10 ਨੰਬਰ ਡਾਇਲ ਕੀਤੇ ਜਾਂਦੇ ਨੇ ਅਗਲੇ ਨਾਲ ਸਾਡੀ ਵਿਚਾਰ ਗੱਲਬਾਤ ਹੋ ਜਾਂਦੀ ਏ ਪਰ ਜੇ ਉਹਨਾਂ ਨੰਬਰਾਂ ਚੋਂ ਇੱਕ ਵੀ ਗਲਤ ਹੋ ਜਾਏ ਤਾਂ ਧਿਆਨ ਦਿਓ ਜਿਹਦੇ ਨਾਲ ਗੱਲ ਕਰਨੀ ਚਾਹੁੰਦੇ ਆ ਉਹਦੇ ਨਾਲ ਮਿਲਾਪ ਨਹੀਂ ਹੋਏਗਾ ਬਿਲਕੁਲ ਇਸੇ ਤਰ੍ਹਾਂ ਇਹ ਸਾਡੇ ਕਰਮ ਔਰ ਗਿਆਨ ਅੰਦਰੇ ਪਰਮਾਤਮਾ ਦੇ ਮਿਲਾਪ ਦਾ ਸਾਧਨ ਹੈ ਜਿਵੇਂ ਅੰਮ੍ਰਿਤਮਈ ਬਾਣੀ ਤੇ ਧੰ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟਹਿ ਪਾਪ ਜਪੀਏ ਹਰ ਬਿੰਦ ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹ ਨਾਨਕ ਉਜਲ ਮਥਾ ਹੁਣੇ ਜਿੰਨੇ ਸਾਡੇ ਸਰੀਰ ਦੇ ਅੰਗ ਐ ਅੱਖਾਂ ਐ ਜ਼ੁਬਾਨ ਐ ਕੰਨ ਐ ਪੈਰ ਐ ਹੱਥ ਨੇ ਸਾਡਾ ਮਨ ਐ ਮਹਾਰਾਜ ਨੇ ਉਹਨੂੰ ਸਹੀ ਦਸ਼ਾ ਬਖਸ਼ਿਸ਼ ਕੀਤੀ ਐ ਵੀ ਸਹੀ ਦਸ਼ਾ ਵਿੱਚ ਚੱਲਿਆਂ ਮੰਜ਼ਲ ਦੀ ਪ੍ਰਾਪਤੀ ਹੋਏਗੀ ਅੱਜ ਭਗਤ ਜੀ ਕਹਿੰਦੇ ਨੇ ਪਰਮਾਤਮਾ ਦੀ ਕਿਰਪਾ ਵਰਤੀ ਤੇ ਮੈਂ ਇਹਨਾਂ 10 ਗਿਆਨ ਇੰਦਰੀਆਂ ਨੂੰ ਸੰਕੋਚ ਲਿਆ 10 ਬੈਰਾਗਨ ਮੋਹੇ ਬਸ ਕੀਨੀ ਮੈਂ ਆਪਣੇ ਵਸ ਵਿੱਚ ਕਰ ਲਿਆ ਇਹਨਾਂ ਨੂੰ ਕਿਵੇਂ ਜਿਵੇਂ ਇੱਕ ਰੱਥ ਦੇ ਅੱਗੇ ਪੰਜ ਘੋੜੇ ਲੱਗੇ ਹੋਣ ਨਾ ਜੇਤ ਪਿਆਰਿਓ ਉਹਨਾਂ ਘੋੜਿਆਂ ਦੇ ਰਥਵਾਈ ਦੇ ਕੋਲ ਰੱਥ ਨੂੰ ਚਲਾਉਣ ਵਾਲੇ ਦੇ ਕੋਲ ਘੋੜੇ ਦੀਆਂ ਲਗਾਮਾਂ ਰਥਵਾਨ ਦੇ ਹੱਥ ਵਿੱਚ ਐ ਤੇ ਰੱਥ ਮੰਜ਼ਲ ਤੇ ਅੱਪੜ ਜਾਏਗਾ ਪਰ ਧਿਆਨ ਦੇਣਾ ਰੱਥ ਨੂੰ ਘੋੜੇ ਲੱਗੇ ਹੋਣ ਤੇ ਘੋੜਿਆਂ ਦੇ ਲਗਾਮ ਕਿਸੇ ਦੇ ਬਨਾ ਹੋਵੇ ਉਸ ਰੱਥ ਦੇ ਮੰਜ਼ਲ ਤੇ ਪਹੁੰਚਣ ਦੀ ਕੋਈ ਵੀ ਉਮੀਦ ਨਹੀਂ ਕੀਤੀ ਜਾ ਸਕਦੀ ਬਸ ਐਵੇਂ ਜ਼ਿੰਦਗੀ ਦੇ ਵਿੱਚ ਵਿਕਾਰ ਹੈ ਗੁਰੂ ਦੇ ਚਰਨਾਂ ਨਾਲ ਜੁੜਿਆ ਵਿਕਾਰ ਜੀਵਨ ਵਿੱਚ ਵਿਕਾਰਾਂ ਨੂੰ ਅਸਾਂ ਸਕਾਰ ਕਰਨਾ ਹੈ ਵਿਕਾਰਾਂ ਦੇ ਵਿੱਚ ਤੇ ਜੀਵਨ ਦੀ ਬਾਜ਼ੀ ਹਾਰਨ ਵਾਲੇ ਬਹੁਤ ਨੇ ਥੋੜੇ ਜਿਹਾ ਪਹਿਲਾਂ ਬਚਨ ਪੜ੍ਹੀਏ ਇਹਨਾਂ ਵਿਕਾਰਾਂ ਦਾ ਇਹਨਾਂ ਗਿਆਨ ਇੰਦਰੀਆਂ ਦਾ ਸਾਡੇ ਜੀਵਨ ਤੇ ਕਿੱਡਾ ਵੱਡਾ ਪ੍ਰਭਾਵ ਹੈ ਭਗਤ ਜੀ ਬੜਾ ਪਿਆਰਾ ਇੱਕ ਬਚਨ ਕਰਦੇ ਨੇ ਜਾਂ ਮੈਂ ਧੰਨ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਆਖਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਾਡੀ ਜ਼ਿੰਦਗੀ ਦੀ ਹਾਲਤ ਕੀ ਹੈ ਜਿਉਂ ਮੈਲੇ ਬਾਹਰੋਂ ਨਿਰਮਲ ਬਾਰੋਂ ਅੱਖਾਂ ਨਿਰਮਲ ਨੇ ਹੱਥ ਨਿਰਮਲ ਹੋਣਗੇ ਪੈਰ ਜ਼ੁਬਾਨ ਕੰਨ ਬਾਰੋਂ ਤੇ ਸਭ ਦੇ ਨਿਰਮਲ ਨਜ਼ਰ ਆ ਰਹੇ ਨੇ ਪਰ ਗੱਲ ਇਹ ਵੀ ਇਹਦੇ ਨਾਲ ਪਰੋਸਿਆ ਕੀ ਜਾ ਰਿਹਾ ਹੈ ਫਿਰ ਬੇਨਤੀ ਨੂੰ ਸਮਝਿਓ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੇਂ ਕਿਆ ਕੋ ਕਰੇ ਵਿਚਾਰ ਹੁਣ ਭਾਂਡੇ ਦੇ ਵਿੱਚ ਜਿਹੜੀ ਵਸਤੂ ਹੈ ਜੇ ਅੰਮ੍ਰਿਤ ਭਰਿਆ ਹੋਏਗਾ ਤੇ ਭਾਂਡੇ ਦੀ ਟੂਟੀ ਰਹੀ ਵੀ ਅੰਮ੍ਰਿਤ ਨਿਕਲੇਗਾ ਜੇ ਭਾਂਡਾ ਜ਼ਹਿਰ ਨਾਲ ਭਰਿਆ ਤੇ ਸੁਭਾਵਕ ਕਿ ਉਹਦੀ ਟੂਟੀ ਰਾਈ ਵੀ ਜ਼ਹਿਰ ਹੀ ਨਿਕਲੇਗਾ ਇਸੇ ਤਰ੍ਹਾਂ ਮਾਲਕ ਨੇ ਕਿਰਪਾ ਕਰਕੇ ਸਮਝਾਇਆ ਵੀ ਜਿਹੜੀ ਬਾਹਰਲੀ ਤੇਰੀ ਦੇਖਿਆ ਬਾਹਰਲਾ ਸਰੂਪ ਆ ਯਾਦ ਰੱਖੀ ਗੁਰੂ ਦੇ ਘਰ ਚ ਪਰਮਾਤਮਾ ਦੇ ਦਰ ਵਾਹਿਗੁਰੂ ਦੀਆਂ ਨਜ਼ਰਾਂ ਦੇ ਵਿੱਚ ਕੱਲੀ ਬਾਹਰਲੀ ਦਿਖ ਜਿਹੜੀ ਉਹ ਪ੍ਰਵਾਨ ਨਹੀਂ ਹੁੰਦੀ ਰੋਜ਼ ਬਚਨ ਪੜ੍ਹਦੇ ਹੋ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ ਹਰ ਤਰਾਜ਼ੂ ਤੋਲੀਏ ਨਿਵੇਂ ਸੋ ਗौरा ਹੋਏ ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਰਗਾਏ ਸੀਸ ਨਿਵਾਇਆ ਕਿਆ ਥੀਏ ਜਹ ਰਦੇ ਕਸੁੱਦੇ ਜਾਏ ਸਿਜਦਾ ਕਰਨ ਦਾ ਸਿਰ ਨਿਵਾਉਣ ਦਾ ਕੀ ਫਾਇਦਾ ਜੇ ਜੀਵਨ ਅੰਦਰਲਾ ਮੈਲ ਨਾਲ ਭਰਿਆ ਹਜ਼ੂਰ ਆਂਦੇ ਨੇ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਏ ਘਾਰਿਆ ਸਾਰੀ ਜ਼ਿੰਦਗੀ ਅੰਦਰੂਨਾ ਜੀਵਨ ਅੰਦਰੂਨੀ ਜੀਵਨ ਮੈਲ ਨਾਲ ਭਰਿਆ ਤੇ ਗੁਰੂ ਦੀ ਨਜ਼ਰ ਦੇ ਬੋਲ ਨੇ ਮਹਾਰਾਜ ਕਹਿੰਦੇ ਨੇ ਉਹ ਜੀਵਨ ਜੂਏ ਦੀ ਬਾਜੀ ਵਾਂਗ ਹਾਰ ਗਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੇ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਘਾਰਿਆ ਜਰ ਜਦਨ ਕੋਈ ਗੁਰੂ ਨਾਲ ਜਾ ਕੇ ਮਿਲਦਾ ਤੇ ਹਜ਼ੂਰ ਕਹਿੰਦੇ ਨੇ ਜਿਹਨੂੰ ਅੰਦਰੂਨੀ ਜੀਵਨ ਸਾਫ ਕਰਨਾ ਆ ਗਿਆ ਇਹ ਪੰਜ ਗਿਆਨ ਇੰਦਰੇ ਤੇ ਕਰਮ ਇੰਦਰਿਆ ਨੂੰ ਕਾਬੂ ਕਰਨਾ ਆ ਗਿਆ ਉਹਦੀ ਜ਼ਿੰਦਗੀ ਦੀ ਹਾਲਤ ਕੀ ਹੈ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਹੀਂ ਉਹਨਾਂ ਨੂੰ ਕੂੜ ਦੀ ਸ਼ੋ ਨਹੀਂ ਫਿਰ ਲੱਗਦੀ ਮਨ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੇ ਕਹੈ ਨਾਨਕ ਮਨ ਨਿਰਮਲ ਸਦਾ ਰਖੈ ਗੁਰ ਨਾਲੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਹਨਾਂ ਨੂੰ ਵਸ ਵਿੱਚ ਕੀਤਾ ਜਾ ਸਕਦਾ ਹੈ ਨਹੀਂ ਤੇ ਸਭ ਤੋਂ ਜਿਆਦੇ ਇਨਸਾਨ ਦੀ ਜ਼ਿੰਦਗੀ ਤੇ ਪਿਆਰਿਓ ਵਿਕਾਰ ਜਿਹੜੇ ਉਹ ਹਾਵੀ ਹੁੰਦੇ ਨੇ ਹਜ਼ੂਰ ਦੇ ਕੁਝ ਬਚਨ ਇਸ ਪਰਥਾਏ ਮੈਂ ਅਰਜ਼ ਕਰਨੀ ਚਾਹਾਂਗਾ ਪਹਿਲਾਂ ਇਹ ਗੱਲ ਦੀ ਸਮਝ ਆਏ ਜੀਵਨ ਦੇ ਉੱਤੇ ਇਹਨਾਂ ਦਾ ਕਿੰਨਾ ਕੁ ਜ਼ਿਆਦਾ ਪ੍ਰਭਾਵ ਆ। ਸਤਿਗੁਰੂ ਦੇ ਕੁਝ ਸ਼ਬਦਾਂ ਨੂੰ ਮਾਣਿਓ। ਮਹਾਰਾਜ ਇਸ ਜ਼ਿੰਦਗੀ ਦੀ ਹਾਲਤ ਦੱਸਦੇ ਆ। ਕਹਿੰਦੇ ਨੇ ਇਹਨਾਂ ਦਾ ਅਸਰ ਇਦਾਂ ਦਾ ਭਗਤ ਬਾਬਾ ਰਵਿਦਾਸ ਮਹਾਰਾਜ ਦਾ ਬੜਾ ਪਿਆਰਾ ਬਚਨ ਆ। ਹਜ਼ੂਰ ਕਹਿੰਦੇ ਨੇ ਇੱਕ ਇੱਕ ਰੋਗ ਲੱਗਾ ਏ ਸੰਸਾਰ ਦੇ ਜੀਵਾਂ ਨੂੰ। ਜਿਹੜੇ ਨਿੱਕੇ ਨਿੱਕੇ ਜੀਵ ਆ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਇਕ ਦੁਖ ਬినాਸ ਹੁਣ ਮਿਰਗ ਜਿਹੜਾ ਹਿਰਨ ਜਿਹੜਾ ਉਹਨੂੰ ਸਿਰਫ ਸੁਣਨ ਦਾ ਰੋਗ ਲੱਗ ਗਿਆ ਵਿਕਾਰ ਦੀ ਜ਼ਿੰਦਗੀ ਚ ਸਭ ਤੋਂ ਵੱਡਾ ਸੁਣਨ ਦਾ ਸਾਡੀ ਜ਼ਿੰਦਗੀ ਵਿੱਚ ਵੀ ਸੁਣਨ ਦਾ ਇੱਕ ਰੋਗ ਆ ਬਹੁਤ ਔਖਾ ਪਿਆਰਿਓ ਜੀਵਨ ਨੂੰ ਸੱਚ ਦੇ ਮਾਰਗ ਨਾਲ ਜੋੜਨਾ